ਸਾ ਕੀ ਹੋ ਰਿਹਾ ਪਿਆਰਿਓ? ਆਪਾਂ ਇਹ ਗੱਲ ਕਹਿੰਦੇ ਆ, ਬਾਣੀ ਪੜੋ, ਬਾਣੀ ਸਮਝੋ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ। ਦਿਸ ਇਜ਼ ਆਲ ਆਮ ਸੇਇੰਗ। ਜਿੰਨੇ ਵੀ ਦੀਵਾਨ 6 ਸਾਲ ਹੋ ਗਏ ਦੀਵਾਨ ਮਰ ਦੀ ਕਿਰਪਾ ਨਾਲ ਸੰਗਤ ਵਿੱਚ ਵਿਚਰਦੇ ਆ, 6 ਇਅਰਸ ਆਫ ਗਨ, ਸਾਰੇ ਇਹ ਨੌਜਵਾਨ ਇੰਗਲੈਂਡ ਦੇ ਨੌਜਵਾਨ ਜੰਮਪਾਲਾ, ਆਲ ਬੋਰਨ ਐਂਡ ਬ੍ਰੈਡ ਇਨ ਯੂਕੇ। ਸੰਗਤ ਪਿਆਰ ਵੀ ਬਹੁਤ ਕਰਦੀ ਹੈ, ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿ ਸੰਗਤ ਪਿਆਰ ਨਹੀਂ ਕਰਦੀ, ਸੰਗਤ ਪਿਆਰ ਬਹੁਤ ਹੀ ਕਰਦੀ ਆ। ਜਿੱਥੇ ਜਿੱਥੇ ਦੀਵਾਨ ਹੁੰਦੇ ਆ ਸੰਗਤ ਬਹੁਤ ਹੌਂਸਲਾ ਦਿੰਦੀ ਆ, ਸੰਗਤ ਪਿਆਰ ਵੀ ਬਹੁਤ ਕਰਦੀ ਆ, ਹੌਂਸਲਾ ਵੀ ਬਹੁਤ ਦਿੰਦੀ ਆ। ਧਿਆਨ ਨਾਲ ਬੇਨਤੀ ਸੁਣਿਓ, ਬਟ ਦੇਰ ਫੋਲਸ ਐਲੀਗੇਸ਼ਨਸ ਬੀਇੰਗ ਫੋਰ ਆਨਸ। ਮੈਂ ਸੰਗਤ ਵਿੱਚ ਇਹ ਬੇਨਤੀ ਕਰ ਰਿਹਾ, ਫੋਲਸ ਐਲੀਗੇਸ਼ਨਸ, ਗਲਤ ਅਫਵਾਹਾਂ ਲੋਕਾਂ 'ਚ ਕਹੀਆਂ ਜਾ ਰਹੀਆਂ। ਲੋਕੀ ਕਮੇਟੀਆਂ ਨੂੰ ਜਾ ਕੇ ਇਹ ਗੱਲ ਕਹਿ ਰਹੇ ਨੇ, ਜਿਹੜਾ ਨਿਰਵੈਰ ਖਾਲਸਾ ਜਥਾ ਇਹ ਦਸਮ ਗ੍ਰੰਥ ਦੇ ਵਿਰੋਧੀ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੀਵਾਨ ਕੈਂਸਲ ਕਰ ਦਿਓ, ਇਹਨਾਂ ਦੇ ਦੀਵਾਨ ਕੈਂਸਲ ਕਰੋ, ਬਿਕਾਜ਼ ਦੇ ਆਰ ਅਗੇਂਸਟ ਦਸਮ ਗ੍ਰੰਥ। ਦੇ ਚਾਰਜ ਓਵਰ 2000 ਪਾਉਂਡ ਫੋਰ ਦੀਵਾਨਸ, 2000 ਪਾਉਂਡ ਮੰਗਦੇ ਆ ਤਾਂ ਦੀਵਾਨ ਲਾਉਂਦੇ ਨੇ। ਪਿਆਰਿਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਲੋਕੀ ਕਹਿ ਰਹੇ ਨੇ ਨਿਰਵੈਰ ਖਾਲਸਾ ਜਥਾ ਬਦਲ ਗਿਆ, ਤਾਂ ਸਿਮਰਨ ਵੀ ਨਹੀਂ ਕਰਾਉਂਦੇ, ਇਹ ਤਾਂ ਵਾਹਿਗੁਰੂ ਵਾਹਿਗੁਰੂ ਵੀ ਨਹੀਂ ਕਰਦੇ ਹੈਗੇ। ਹੁਣ ਮੈਨੂੰ ਇਹ ਦੱਸੋ, ਸਾਰੇ ਦੀਵਾਨ ਇੰਟਰਨੈਟ 'ਤੇ ਪਏ ਹੋਏ ਨੇ, ਰੋਲ ਔਨ ਯੂਟਿਊਬ ਆਲ ਦ ਦੀਵਾਨਸ, ਤੁਸੀਂ ਇੱਕ ਵੀ ਕਲਿੱਪ ਲੈ ਕੇ ਆਓ ਮੇਰੇ ਸਾਹਮਣੇ ਜਿੱਥੇ ਮੈਂ ਕਿਹਾ ਮੈਂ ਦਸਮ ਗ੍ਰੰਥ ਦੇ ਵਿਰੋਧ ਹਾਂ। ਬਾਬਾ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਮਹਾਂਪੁਰਖਾਂ ਦੇ ਗੋਲੀਆਂ ਮਾਰ ਲਏ ਨੇ ਲੋਕ, ਗੋਲੀਆਂ ਵੱਜ ਰਹੀਆਂ, ਕਿਉਂ ਵੱਜ ਰਹੀਆਂ? ਇਹ ਦਸਮ ਗ੍ਰੰਥ ਦੇ ਵਿਰੋਧੀ ਨੇ, ਇਹ ਦਸਮ ਗ੍ਰੰਥ ਦੇ ਵਿਰੋਧੀ ਨੇ। 17 ਸਾਲ ਹੋ ਗਏ ਉਹਨਾਂ ਨੂੰ ਪ੍ਰਚਾਰ ਕਰਦਿਆਂ, ਲੱਭੋ ਕਿਤੇ ਕਲਿੱਪ ਲੱਭ ਕੇ ਵਿਖਾ ਲਓ ਜਿੱਥੇ ਉਹਨਾਂ ਨੇ ਕਿਹਾ ਕਿ ਮੈਂ ਦਸਮ ਗ੍ਰੰਥ ਤੋਂ ਵਿਰੋਧ ਹਾਂ। ਗੋਲੀਆਂ ਮਾਰਦੇ ਨੇ, ਬਟ ਯੂਜ਼ਿੰਗ ਡਿਫਰੈਂਟ ਐਕਸਕਿਊਜ਼ਸ ਟੂ ਬ੍ਰੇਨ ਵਾਸ਼ ਪੀਪਲ। ਦੀਵਾਨ 2-3 ਥਰਾਂ ਥਾਵਾਂ 'ਤੇ ਦੀਵਾਨ ਸੀ ਸਾਡੇ ਇੰਗਲੈਂਡ 'ਚ, 3 ਥਾਵਾਂ ਤੋਂ ਕਹਿਤਾ ਕਮੇਟੀਆਂ ਕੋਲ ਜਾ ਕੇ ਲੋਕਾਂ ਨੇ ਕਿ ਤੁਹਾਨੂੰ ਨਹੀਂ ਪਤਾ ਇਹ ਪੈਸੇ ਬਹੁਤ ਲੈਂਦੇ ਆ। 3 ਪੀਪਲ ਕਮ ਟੂ ਡੂ ਕੀਰਤਨ ਦੇ ਆਸ ਫੋਰ 500 ਪਾਉਂਡ, ਇਹ ਪਤਾ ਨਹੀਂ 15 ਜਾਣੇ ਆਉਂਦੇ ਨੇ ਤਾਂ 2000 ਪਾਉਂਡ ਮੰਗਦੇ ਆ ਇਹਨਾਂ ਦੇ ਦੀਵਾਨ ਨਾਲ ਲਓ। ਸੰਗਤੇ ਮੈਨੂੰ ਇਹ ਦੱਸੋ, ਮੈਂ ਮੰਦਰਾਂ 'ਚ ਜਾ ਕੇ ਪ੍ਰਚਾਰ ਕਰਾਂ? ਇਹ ਪਰਿਵਾਰ ਆਪਾਂ ਸਾਰੇ ਸੁਖੀ ਬਸੈ ਮੋਰੋ ਪਰਿਵਾਰਾ, ਮੈਨੂੰ ਇਹ ਦੱਸੋ ਸੰਗਤੇ, ਮੈਂ ਮਸੀਤਾਂ 'ਚ ਜਾ ਕੇ ਪ੍ਰਚਾਰ ਕਰਾਂ? ਦੱਸੋ ਸੰਗਤੇ, ਸ਼ਲਾਈ ਗੋ ਇਨ ਟੂ ਮਾਸਕਸ ਐਂਡ ਡੂ ਪ੍ਰਚਾਰ? ਸ਼ਲਾਈ ਗੋ ਟੂ ਚਰਚਿਸ ਐਂਡ ਡੂ ਸਿੱਖੀ ਪ੍ਰਚਾਰ? ਦੈ ਸਿੱਖ ਸਿੱਖ ਨੂੰ ਬੋਲ ਰਿਹਾ, ਪਰ ਗੁਰੂ ਘਰ ਕਹਿ ਰਹੇ ਨੇ ਤੁਸੀਂ ਪੈਸੇ ਲੈਂਦੇ ਆ, ਆਪਾਂ ਦੀਵਾਨ ਨਹੀਂ ਲਾਉਂਦੇ। ਬ੍ਰੇਨ ਵਾਸ਼ਿਸ ਨੇ, ਗਲਤ ਅਫਵਾਹਾਂ, ਫੋਲਸ ਐਲੀਗੇਸ਼ਨਸ, ਕਿ ਇਹ ਬੰਦ ਹੋ ਜਾਣ। ਢੱਡਰੀ ਵਾਲੇ ਮਹਾਂਪੁਰਖਾਂ ਨੂੰ ਤਾਂ ਮਾਰਨ ਪੈ ਗਏ ਸੀ, ਇਹ ਮਾਰੀ ਜਾਣ, ਪ੍ਰਚਾਰ ਬੰਦ ਹੋਵੇ, ਇਹ ਕਿਤੇ ਦੀਵਾਨ ਨਾ ਲਾ ਸਕਣ, ਪ੍ਰਚਾਰ ਬੰਦ ਹੋ ਜੇ। ਅੱਛਾ, ਵਾਈ ਸ਼ੁੱਧ ਪ੍ਰਚਾਰ ਵੀ ਸ਼ਰ? ਕਿਉਂਕਿ ਇਹ ਕਹਿ ਰਹੇ ਨੇ ਬਾਣੀ ਪੜੋ, ਬਾਣੀ ਸੁਣੋ ਤੇ ਬਾਣੀ ਸਮਝੋ, ਇਹੀ ਗੱਲ ਆ। ਹੁਣ ਮੈਂ ਇੱਥੇ ਇੱਕ ਗੱਲ ਕਹਿੰਦਾ, ਆਮ ਸੇਇੰਗ ਹੇਅਰ ਐਂਡ ਆਈ ਸੇ ਟੂ ਐਵਰੀਬਾਡੀ, ਇਫ ਯੂ ਡੂ ਅਖੰਡ ਪਾਠ ਸਾਹਿਬ, ਧਿਆਨ ਨਾਲ ਸੁਣਿਓ ਇਹ ਗੱਲ ਨੂੰ, ਕਿਉਂਕਿ ਲੋਕੀ ਕਲਿੱਪ ਬਣਾ ਲੈਂਦੇ ਆ, ਗਲਤ ਕੱਟ ਕੱਟ ਕੇ ਕਲਿੱਪ ਵੀ ਬਣਾਉਂਦੇ ਨੇ ਲੋਕ ਬੜੇ। ਮੈਂ ਹੁਣ ਇੱਥੇ ਸੰਗਤ 'ਚ ਬੈਠਾ ਦੱਸਾਂ ਕੀ ਕਹਿ ਰਹੇ ਹਾਂ, ਅਖੰਡ ਪਾਠ ਸਾਹਿਬ ਕਰਾ ਰਹੇ ਹਾਂ ਘਰ 'ਚ, ਠੀਕ ਆ, ਘਰ 'ਚ ਅਖੰਡ ਪਾਠ ਸਾਹਿਬ ਕਰਾ ਰਹੇ ਹਾਂ, ਪਰ ਜੇ ਬਾਣੀ ਤੁਸੀਂ ਬੈਠ ਕੇ ਸੁਣੀ ਨਾ, ਜੇ ਬਾਣੀ ਬੈਠ ਕੇ ਸਮਝਣ ਦੀ ਕੋਸ਼ਿਸ਼ ਨਾ ਕੀਤੀ, ਕੋਈ ਫਾਇਦਾ ਨਹੀਂ ਅਖੰਡ ਪਾਠ ਕਰਾਉਣ ਦਾ, ਠੀਕ ਆ? ਇਸ ਟ੍ਰੂਸ ਨੇ, ਇਫ ਯੂ ਨਾਟ ਲਿਸਨਿੰਗ ਟੂ ਗੁਰਬਾਣੀ, ਇਫ ਯੂ ਨਾਟ ਟ੍ਰਾਈਂਗ ਟੂ ਅੰਡਰਸਟੈਂਡ ਵਾਟ ਗੁਰੂ ਸਾਹਿਬ ਇਜ਼ ਸੇਇੰਗ, ਦੈਨ ਟੈਲ ਮੀ ਵਾਟ ਬੈਨੀਫਿਟ ਆਰ ਯੂ ਗੋਇੰਗ ਟੂ ਗੈਟ ਬਾਈ ਡੂਇੰਗ ਅਖੰਡ ਪਾਠ ਸਾਹਿਬ? ਰਿਸ਼ਤੇਦਾਰਾਂ ਦੇ ਪਿੱਛੇ ਭੱਜਦੇ ਰਹੇ, ਲੋਕਾਂ ਨੂੰ ਖੁਸ਼ ਕਰਦੇ ਰਹੇ, ਪਰ ਗੁਰੂ ਦੀ ਬਾਣੀ ਨਹੀਂ ਸੁਣੀ। ਆਪਾਂ ਬਾਣੀ ਦੀ ਪੰਗਤੀ ਪੜ੍ਹ ਕੇ ਹਟੇ ਹਾਂ ਟੂ ਗੈਟ ਗੁਰੂਜ਼ ਹੈਪੀਨੈਸ। ਬਾਣੀ ਸੁਣੋ, ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰਦੇਵ ਬਿਦ ਜਾਣੀ। ਗੁਰੂ ਦੀ ਬਾਣੀ ਸੁਣ ਕੇ ਫਲ ਮਿਲਦਾ। ਅੱਛਾ, ਮੈਂ ਨਹੀਂ ਕਹਿ ਰਿਹਾ, ਗੁਰੂ ਕਹਿ ਰਿਹਾ, ਪਰ ਲੋਕੀ ਦੱਸਾਂ ਕੀ ਕਰਦੇ ਨੇ, ਉਹ ਕਲਿੱਪ ਕੱਟ ਕੇ ਕਹਿੰਦੇ ਆ, ਇਹ ਕਹਿੰਦੇ ਨੇ ਕੋਈ ਫਾਇਦਾ ਨਹੀਂ ਅਖੰਡ ਪਾਠ ਕਰਾਉਣ ਦਾ, ਆਹ ਕਲਿੱਪ ਕਹਿੰਦੇ ਨੇ ਪਾ ਕੇ ਲੋਕਾਂ ਦੀ ਬ੍ਰੇਨ ਵਾਸ਼ ਕਰਦੇ ਨੇ। ਮੈਂ ਹੁਣ ਇਹ ਗੱਲ ਸਾਰੀ ਪੂਰੀ ਕਲੀਅਰ ਕੀਤੀ, ਇਫ ਯੂ ਡੋਂਟ ਲਿਸਨ ਟੂ ਗੁਰਬਾਣੀ, ਇਫ ਯੂ ਡੋਂਟ ਅੰਡਰਸਟੈਂਡ ਗੁਰਬਾਣੀ, ਇਫ ਯੂ ਡੋਂਟ ਇੰਪਲੀਮੈਂਟ ਗੁਰਬਾਣੀ ਇਨ ਟੂ ਯੋਰ ਲਾਈਫ,
ਫਿਰ ਅਖੰਡ ਪਾਠ ਸਾਹਿਬ ਕਰਾਉਣ ਦਾ ਕੀ ਫਾਇਦਾ? ਇਹ ਕੱਟ ਲਿਆ, ਅਖੰਡ ਪਾਠ ਸਾਹਿਬ ਕਰਾਉਣ ਦਾ ਕੀ ਫਾਇਦਾ? ਇਹ ਲੋਕਾਂ 'ਚ ਕਲਿੱਪ ਪਾ ਰਹੇ, ਕਿਤੇ ਇਹ ਗੱਲ ਬਣਾ ਤੀ ਇੰਟਰਨੈਟ 'ਤੇ ਜਾ ਰਹੀਆਂ, ਕਿਤੇ ਇਹ ਗੱਲ ਬਣਾ ਤੀ ਨਿਰਵੈਰ ਖਾਲਸੇ ਜਥੇ ਕੋਲ ਇੰਨਾ ਪੈਸਾ, ਹਰਿੰਦਰ ਸਿੰਘ ਕੋਲ ਬੈਂਟਲੀ ਗੱਡੀ ਆ, ਹਰਿੰਦਰ ਸਿੰਘ ਆਪਣੇ ਪ੍ਰਭੱਟੇ ਕਰਦਾ, ਹਰਿੰਦਰ ਸਿੰਘ ਕੋਲ ਬੈਂਟਲੀ ਗੱਡੀ ਆ, ਇਸ ਦਾ ਬੈਂਟਲੀ ਖਾ। ਪਿਆਰਿਓ, ਮੇਰੇ ਕੋਲ ਤਾਂ ਗੱਡੀ ਦਾ ਲਾਇਸੈਂਸ ਨਹੀਂ ਹੈ, ਮੇਰੇ ਕੋਲ ਬੈਂਟਲੀ ਕਿੱਥੇ ਆ ਗਈ? ਇੱਥੋਂ ਤੱਕ ਕਿਸੇ ਨੇ ਜਹਾਜ਼ ਕੋਲ ਮੈਂ ਖੜਾ ਫੋਟੋ ਪਾ ਤੀ, ਕਿਸੇ ਨੇ ਇੰਟਰਨੈਟ 'ਤੇ ਜਹਾਜ਼ ਕੋਲ ਖੜੇ ਦੀ, I'm standing next to an aeroplane and so much for a picture of that, I'm standing next to an aeroplane. They've taken Flybe off and they put Nirvair Khalsa Jatha on the aeroplane. ਕਹਿੰਦੇ ਇਹਨਾਂ ਕੋਲ ਇੰਨਾ ਚੜਾਵਾ, ਇੰਨਾ ਪੈਸਾ ਨਾ, ਤੇ ਜਹਾਜ਼ ਵੀ ਆ, ਤਾਂ ਹੀ ਮੁੜ ਮੁੜ ਕੇ ਅਮਰੀਕਾ ਜਾਂਦੇ। ਇਹ ਢੱਡਰੀਆਂ ਵਾਲਿਆਂ ਨੂੰ ਵੀ ਲੈ ਕੇ ਜਾਂਦੇ ਆ ਅਮਰੀਕਾ 'ਚ ਸੈਲ ਕਰਾਉਂਦੇ ਫਿਰਦੇ। ਪਿਆਰਿਓ, ਇੰਗਲੈਂਡ ਵਿੱਚ ਸਿਕਸ ਈਅਰਸ ਆਫ ਗਨ ਬਾਈ, ਆਹ ਸੱਤਵਾਂ ਚੱਲਣਾ ਆ। ਤੁਸੀਂ ਕੋਈ ਗੁਰਦੁਆਰੇ ਨੂੰ ਪੁੱਛ ਕੇ ਫੋਨ ਕਰਕੇ ਪੁੱਛੋ ਜੇ ਆਪਾਂ ਪੈਣੀ ਵੀ ਮੰਗੀ, ਵਨ ਪੈਣੀ ਫਾਊਂਡ ਇਜ਼ ਵੈਰੀ ਹਾਈ, ਜੇ ਪੈਣੀ ਵੀ ਮੰਗੀ ਆ ਤੁਸੀਂ ਦੱਸੋ। ਕੋਈ ਟਿਕਟ ਲਾਉਂਦਾ ਨਹੀਂ ਲਾਉਂਦਾ, ਆਪਾਂ ਆਪਣੇ ਵੱਲੋਂ ਸਾਰੇ ਇਕੱਠੇ ਹੋ ਕੇ ਫਿਰ ਵੀ ਕੋਸ਼ਿਸ਼ ਕਰਦੇ ਹਾਂ, ਨਹੀਂ ਜਾਈਏ ਪ੍ਰਚਾਰ ਉੱਥੇ ਕਰੀਏ। ਕਦੇ ਮੰਗਿਆ ਨਹੀਂ, ਅੱਛਾ ਮੰਗਦੇ ਹੈ ਨਹੀਂ। ਲੋਕੀ ਕਹਿੰਦੇ ਆ, ਅੱਛਾ ਇਹਨਾਂ ਕੋਲ ਬਹੁਤ ਹੋਣਾ ਜਿਹੜੇ ਮੰਗਦੇ ਨਹੀਂ, ਇਹਨਾਂ ਕੋਲ ਬਹੁਤ ਹੀ ਪੈਸਾ ਜਿਹੜੇ ਮੰਗਦੇ ਨਹੀਂ ਹੈਗੇ, ਇਹਨਾਂ ਕੋਲ ਵੱਡੇ ਵੱਡੇ ਬੰਦੇ ਆ ਪੈਸਿਆਂ ਵਾਲੇ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਆ, ਇਹਨਾਂ ਕੋਲ ਜਹਾਜ਼ ਨੇ, ਇਹਨਾਂ ਕੋਲ ਬੈਂਟਲੀਆਂ ਨੇ, ਇਹਨਾਂ ਕੋਲ ਵੱਡੀਆਂ ਗੱਡੀਆਂ ਨੇ। ਹਰਿੰਦਰ ਸਿੰਘ ਤਾਂ ਸਿਮਰਨ ਤੋਂ ਵੀ ਦੂਰ ਹੋ ਗਿਆ, ਵਾਹਿਗੁਰੂ ਵਾਹਿਗੁਰੂ ਵੀ ਨਹੀਂ ਜਪ ਰਿਹਾ, ਇੱਥੋਂ ਤੱਕ ਵੀ ਉਹਦੀ ਜੇਬ ਸੜ ਜੇ। ਅੱਜ ਕੱਲ੍ਹ ਇਹ ਵੀ ਕਹਿੰਦੇ ਆ ਕਿ ਦਸਮ ਗ੍ਰੰਥ ਦੇ ਵਿਰੋਧੀ ਨੇ। ਵਾਈ ਇਜ਼ ਦਿਸ ਹੈਪਨਿੰਗ? ਸੰਗਤ ਸਿਆਣੀ ਆ। ਇੱਕ ਕਿਸੇ ਨੇ ਕਮੈਂਟ ਪਾਇਆ, ਮੈਂ ਇਹ ਤਾਂ ਸਾਂਝਾ ਕਰ ਰਿਹਾ ਕਿਉਂਕਿ ਤੁਸੀਂ ਫਿਰ ਜਦੋਂ ਮਿਲੋਗੇ ਤੁਸੀਂ ਉਹਨਾਂ ਨੂੰ ਦੱਸ ਵੀ ਸਕਦੇ ਆ। ਕਿਸੇ ਨੇ ਕਮੈਂਟ ਪਾਇਆ, ਸੰਗਤ ਇਹਨਾਂ ਦੇ ਦੀਵਾਨਾਂ 'ਚ ਤਾਂ ਜਾਂਦੀ ਆ ਕਿਉਂਕਿ ਫਲੂਟ ਵੱਜਦੇ ਆ, ਸੰਗਤ ਇਹਨਾਂ ਦੇ ਦੀਵਾਨਾਂ ਢੱਡਰੀਆਂ ਵਾਲਿਆਂ ਦੇ ਦੀਵਾਨਾਂ 'ਚ ਵੀ ਤਾਂ ਹੀ ਜਾਂਦੀ ਆ ਕਿਉਂਕਿ ਇਹਨਾਂ ਦੇ ਪਿੱਛੇ ਕੀਬੋਰਡ ਵੱਜਦਾ ਆ, ਇਹ ਅਟ੍ਰੈਕਟਸ ਪੀਪਲ ਟੂ ਦ ਦੀਵਾਨਸ। ਅੱਛਾ ਮੈਨੂੰ ਇਹ ਦੱਸੋ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਹਾਂਪੁਰਖ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਆ, 100-100, 200-200, 300-300 ਪ੍ਰਾਣੀ ਅੰਮ੍ਰਿਤ ਛਕਦੇ ਨੇ, ਤੁਸੀਂ ਵੇਖ ਵੀ ਸਕਦੇ ਆ ਜਾ ਕੇ। ਸੰਗਤ ਬਾਣੀ ਪੜ੍ਹਨੀ ਸ਼ੁਰੂ ਕਰਦੀ ਆ, ਮੈਨੂੰ ਇਹ ਦੱਸੋ ਫਲੂਟ ਸੁਣ ਕੇ ਬੰਦਾ ਅੰਮ੍ਰਿਤ ਛਕਦਾ? ਸਿਮਰਨ ਹੁੰਦਾ ਆ ਤਾਂ ਹੀ ਬੰਦੇ 'ਤੇ ਕੋਈ ਇਫੈਕਟ ਹੁੰਦਾ, ਮੇਰਾ ਥੋੜੋ, ਮੇਰੀ ਗੱਲ ਥੋੜੋ, ਇਸ ਗੁਰਬਾਣੀ ਆਮ ਜਸਟ ਮੈਸੇਜ ਹੈ, ਜੁੜਨਾ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਆ। ਪਰ ਪਿਆਰਿਓ, ਜਿਹੜਾ ਬੰਦਾ ਕਹਿੰਦਾ ਬਾਣੀ ਪੜ੍ਹੋ, ਜਿਹੜਾ ਬੰਦਾ ਕਹਿੰਦਾ ਕਿ ਬਾਣੀ ਸੁਣੋ, ਉਹਨੂੰ ਕਹਿੰਦੇ ਆਪਾਂ ਖਤਮ ਕਰੀਏ, ਉਹਨੂੰ ਮਾਰ ਦਿਓ, ਉਹਨੂੰ ਖਤਮ ਕਰ ਦਿਓ, ਲੈਟਸ ਫਿਨਿਸ਼ ਦੈਮ ਆਫ ਇਨ ਇੰਗਲੈਂਡ, ਦੇ ਕਾਂਟ ਡੂ ਪ੍ਰਚਾਰ ਇਨ ਇੰਗਲੈਂਡ, ਉਹ ਨਹੀਂ ਕਰ ਸਕਦੇ। ਪਰ ਜਿਹੜਾ ਕਹਿੰਦਾ ਧਾਗਾ ਪਾ ਲਾ, ਜਿਹੜਾ ਕਹਿੰਦਾ ਪਾਣੀ ਵਿੱਚ ਫੂਕ ਮਾਰ ਕੇ ਦੇ ਦਿੰਦਾ, ਜਿਹੜਾ ਕਹਿੰਦਾ ਤੈਨੂੰ ਕਿਸੇ ਨੇ ਭੂਤ ਤੇਰੇ 'ਤੇ ਚਿੰਬੜਿਆ, ਉਹ ਕਹਿੰਦੇ ਇਹ ਬਾਬਾ ਚੰਗਾ, ਇਹਨੂੰ ਪ੍ਰਮੋਟ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬਾਬਾ ਚਾਹੀਦਾ, ਜਿਹੜਾ ਕੋਈ ਕਵੇ ਬਾਣੀ ਪੜ੍ਹੋ, ਇਹ ਨਹੀਂ ਚਾਹੀਦਾ। ਜਿਹੜਾ ਬੰਦਾ ਕਹਿੰਦਾ ਹਾਂ ਠੀਕ ਆ, ਪੰਜ ਅਖੰਡ ਪਾਠ ਸਾਹਿਬ ਕਰਾ ਲਈ, ਇਹ ਬਾਬਾ ਠੀਕ ਆ, ਆਪਾਂ ਕਰਾ ਲਾਂਗੇ, ਸੌਖਾ ਕੰਮ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰਿਓ, ਜਾਗੋ। ਇਹ ਮੈਂ ਗੱਲਾਂ ਕਹਿ ਰਿਹਾ ਵਾਹਿਗੁਰੂ, ਇਹ ਗੱਲਾਂ ਹੋ ਰਹੀਆਂ, ਆਪਾਂ 3 ਹਫ਼ਤੇ ਅਮਰੀਕਾ 'ਚ ਸੀ, ਆਲ ਓਵਰ ਕੋਈ ਨਾ ਕੋਈ ਕਮੈਂਟ ਪਾਈ ਜਾ ਰਿਹਾ, ਕੋਈ ਨਾ ਕੋਈ ਕਮੈਂਟ ਪਾਈ ਜਾ ਰਿਹਾ, ਇਹ ਤੋਂ ਉਲਟ ਹੋ ਗਏ, ਇਹ ਤੋਂ ਉਲਟ ਹੋ ਗਏ। ਪਿਆਰਿਓ, ਪੰਥ ਪ੍ਰਵਾਨ ਬਾਣੀਆਂ ਦਸਮ ਗ੍ਰੰਥ ਆਪਾਂ ਪੜ੍ਹਦੇ ਹਾਂ, ਜਿਹੜੀਆਂ ਬਾਣੀਆਂ ਪੰਥ ਪੜ੍ਹਦਾ ਆਪਾਂ ਵੀ ਪੜ੍ਹਦੇ ਹਾਂ। ਬਟ ਜਸਟ ਡੋਂਟ ਅੰਡਰਸਟੈਂਡ ਵਾਈ ਪੀਪਲ ਆਰ ਗੋਇੰਗ ਅਰਾਊਂਡ ਐਂਡ ਬ੍ਰੇਨ ਵਾਸ਼ਿੰਗ ਕਮਿਟੀਜ਼, ਵਾਈ ਆਰ ਪੀਪਲ ਗੋਇੰਗ ਅਰਾਊਂਡ ਐਂਡ ਬ੍ਰੇਨ ਵਾਸ਼ਿੰਗ ਸੰਗਤ, ਕਿ ਇਹ ਦਸਮ ਗ੍ਰੰਥ ਤੋਂ ਵਿਰੁੱਧ ਨੇ, ਇਹ ਸਿਮਰਨ ਨਹੀਂ ਕਰਦੇ, ਇਹ ਬਦਲ ਗਏ ਨੇ, ਇਹ ਮਿਸ਼ਨਰੀ ਬਣ ਗਏ ਆ, ਇਹ ਮਿਸ਼ਨਰੀ ਬਣ ਗਏ। ਅੱਛਾ ਹੁਣ ਆਹ ਗੱਲ ਚੱਲ ਰਹੀ ਆ, ਢੱਡਰੀਆਂ ਵਾਲੇ ਸਰੋਵਰਾਂ ਨੂੰ ਨਹੀਂ ਮੰਨਦੇ ਹੈਗੇ, ਜਿਵੇਂ ਹੁਣ ਮੈਂ ਗੱਲ ਕਰਕੇ ਹਟਿਆ। ਤੁਸੀਂ ਪੂਰਾ ਕਲਿੱਪ ਸੁਣੋ ਪਿਆਰਿਓ, ਪੂਰਾ ਕਲਿੱਪ, ਡੋਂਟ ਜਸਟ ਟੇਕ ਲਿਟਲ ਥਿੰਗਸ ਆਊਟ, ਪੂਰਾ ਕਲਿੱਪ ਸੁਣੋ। ਦੈਟ ਸੇਇੰਗ, ਮੈਂ ਆਪ ਵੀ ਇਸ਼ਨਾਨ ਕਰਦਾ ਜਦੋਂ ਮੈਂ ਦਰਬਾਰ ਸਾਹਿਬ ਜਾਂਦਾ, ਉਹ ਸੁਣਿਆ ਨਹੀਂ। But all this controversy is happening. Why is it happening? ਪਿੱਛਿਓਂ ਕੌਣ ਚਲਾ ਰਿਹਾ? ਜਾਗੋ, ਆਖੋ ਸਤਨਾਮ, ਜਾਗੋ, ਆਖੋ ਸਤਨਾਮ। And ਪਿਆਰਿਓ, the day we start reading Gurbani, the day we start joining with Guru Granth Sahib Ji,
ਆਪਾਂ ਸਾਰੇ ਸਿਆਣੇ ਹੋ ਜਾਵਾਂਗੇ ਐਂਡ ਵਾਟ ਵਿਲ ਹੈਪਨ ਮੈਂ ਸਟੇਜ ਤੇ ਬੈਠਾ ਹੋਊਂਗਾ ਸੰਗਤ ਘਰਾਂ ਚ ਰੋਜ਼ ਸਹਿਜ ਪਾਠ ਕਰਦੀ ਹੈ ਠੀਕ ਆ ਐਵਰੀਵਨ ਰੀਡਸ 1 ਅੰਗ 2 ਅੰਗ 3 ਅੰਗ 5 ਅੰਗ ਅ ਵੀਕ ਰੋਜ਼ ਆਪਾਂ ਹਰੇਕ ਹਰੇਕ ਹਫ਼ਤੇ 'ਚ ਆਪਾਂ 5 ਅੰਗ ਗੁਰਬਾਣੀ ਦੇ ਪੜ੍ਹਦੇ ਹਾਂ ਅੱਛਾ ਵਮ ਵੀ ਖੁੰਮ ਟੂ ਦ ਨੈਕਸਟ ਦੀਵਾਨ ਹਰੇਕ ਹਫ਼ਤੇ ਹੀ ਦੀਵਾਨ ਲੱਗਦੇ ਨੇ ਵਮ ਵੀ ਖੁੰਮ ਟੂ ਦ ਨੈਕਸਟ ਦੀਵਾਨ ਮੈਨੂੰ ਇੱਥੋਂ ਇੰਨਾ ਬੋਲਣਾ ਨਾ ਪਵੇ ਸੰਗਤ ਬੋਲ ਕੇ ਦੱਸੇ ਗੁਰੂ ਸਾਹਿਬ ਕੀ ਕਹਿ ਰਹੇ ਇੰਨੇ ਸਿਆਣੇ ਆਪਾਂ ਹੋਈਏ ਗੁਰੂ ਇਕੱਲਾ ਮੇਰਾ ਨਹੀਂ ਪਿਆਰੇ ਹੋ ਜਿੰਨਾ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਆ ਉਨਾ ਤੁਹਾਡਾ ਵੀ ਗੁਰੂ ਗ੍ਰੰਥ ਸਾਹਿਬ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ।